ਸਾਹਿਤਕਾਰ ਲਾਲ ਸਿੰਘ ਕਲਸੀ ਦਾ ਜਨਮ 2 ਅਗਸਤ 1945 ਨੂੰ ਪਿਤਾ ਸਰਦਾਰ ਅਮਰ ਸਿੰਘ ਅਤੇ ਮਾਤਾ ਸ਼੍ਰੀਮਤੀ ਪ੍ਰਸੰਨ ਕੌਰ ਦੇ ਘਰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਢੁੱਡੀ ਵਿਖੇ ਹੋਇਆ। ਆਏ ਜ਼ਿੰਦਗੀ ਤੈਨੂੰ ਜੀ ਲਿਆ ਕੋਈ ਗਿਲਾ ਨਹੀਂ, ਆਏ ਜ਼ਿੰਦਗੀ ਤੈਨੂੰ ਜੀ ਲਿਆ ਕੋਈ ਗਿਲਾ ਨਹੀਂ, ਮਿਲਿਆ ਜ਼ਹਿਰ ਤਾਂ ਵੀ ਪੀ ਲਿਆ ਕੋਈ ਜ਼ਿੰਦਗੀ ਤੈਨੂੰ ਜੀ ਲਿਆ ਕੋਈ ਗਿਲਾ ਨਹੀਂ। ਦੋਸਤੋ, ਕਲਮ ਦੇ ਸਫ਼ਰ ਅਧੀਨ ਅੱਜ ਤੁਹਾਨੂੰ ਮਿਲਾ ਰਿਹਾ ਹਾਂ ਨਾਵਲਕਾਰ, ਕਹਾਣੀਕਾਰ ਔਰ ਕਾਵਿ ਰਚਨਾ ਦੇ ਵਿੱਚ ਆਪਣੇ ਜਿਹੜੇ ਭਾਵ ਇਹਨਾਂ ਨੇ ਸਾਂਝੇ ਕੀਤੇ ਆ। ਸਰਦਾਰ ਲਾਲ ਸਿੰਘ ਜੀ ਕਲਸੀ, ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਆਏ ਹੋਏ ਹਾਂ ਅਤੇ ਆਓ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਸਾਹਿਤ ਰਚਨਾ ਬਾਰੇ ਗੱਲਾਂ ਕਰੀਏ। ਕਲਸੀ ਸਾਹਿਬ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਣੇ ਬਚਪਨ ਬਾਰੇ ਸਾਨੂੰ ਦੱਸੋ ਜੀ। ਖੁੱਲੀਆ ਜੀ, ਬਚਪਨ ਮੇਰਾ ਪਿੰਡ ਦੇ ਵਿੱਚ ਬੀਤਿਆ, ਕਿਉਂਕਿ ਜਨਮ ਪਲੇਸ ਮੇਰੀ ਜਿਹੜੀ ਜਨਮ ਜਗ੍ਹਾ ਪਿੰਡ ਢੁੱਡੀ ਹੈ ਜੀ, ਅਤੇ ਤੁਹਾਡੇ ਪਿੰਡ ਹੀ ਘੋਲੀਏ ਮੇਰੇ ਨਾਨਕੇ ਹੈ ਜੀ, ਕਿਉਂਕਿ ਸਾਡਾ ਸਾਂਝਾ ਪਰਿਵਾਰ ਸੀ ਔਰ ਬਹੁਤ ਵੱਡਾ ਪਰਿਵਾਰ ਸੀ, ਔਰ ਪਰਿਵਾਰ ਦੇ ਵਿੱਚੋਂ ਮੈਂ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ, ਔਰ ਸ਼ਾਇਦ ਇਹੀ ਵਜ੍ਹਾ ਸੀ ਕਿ ਮੈਨੂੰ ਸਕੂਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਵੱਡੇ ਭਰਾਵਾਂ ਦੇ ਵਿੱਚੋਂ ਕੋਈ ਵੀ ਜਿਹੜਾ ਸਕੂਲ ਜਾਣ ਦੇ ਲਈ ਦਿਲਚਸਪੀ ਨਹੀਂ ਦਿਖਾਈ ਗਏ ਨੇ ਜੀ, ਅਤੇ ਮਾਤਾ ਜੀ ਹੁਣੀ ਜ਼ਿਆਦਾ ਹੀ ਮੇਰੇ 'ਤੇ ਥੋੜ੍ਹਾ ਜਿਹਾ ਨਿਗਾਹ ਰੱਖਦੇ ਸੀ ਕਿ ਵੀ ਇਹਨੂੰ ਸਕੂਲ ਜ਼ਰੂਰ ਭੇਜਣਾ ਹੈ, ਅਤੇ ਉਹਨਾਂ ਦੀ ਬਦੌਲਤ ਇਹ ਕਹਿ ਲਓ ਵੀ 4 ਅੱਖਰ ਮੈਂ ਜਿਹੜੇ ਮੈਂ ਪੜ੍ਹ ਸਕਿਆ। ਅਤੇ ਜਿਵੇਂ ਆਮ ਸਧਾਰਨ ਪਰਿਵਾਰ ਦੇ ਵਿੱਚ ਬੱਚੇ ਪੜ੍ਹਦੇ ਹੈ, ਕੋਈ ਉਚੇਚਾ ਇਹ ਨਹੀਂ ਵੀ ਸਕੂਲ ਜਾਣ ਲੱਗ ਗਿਆ ਹੁਣ ਇਹਨੂੰ ਉਚੇਚੇ ਕੋਈ ਵਰਦੀ ਦਿਓ ਜਾਂ ਉਚੇਚੇ ਇਹਨਾਂ ਦੇ ਬੂਟ ਪਾਓ ਜਾਂ ਕੁਛ ਕਰੋ, ਮੁੰਡਿਆਂ ਨੇ ਪਰਿਵਾਰਕ ਤੌਰ 'ਤੇ ਜਿਵੇਂ ਦੂਸਰੇ ਬਚਪਨ ਦੇ ਵਿੱਚ ਚੱਲਦੇ ਉਸੇ ਤਰ੍ਹਾਂ ਹੀ ਮੇਰਾ ਬਚਪਨ ਬੀਤਿਆ। ਲਾਲ ਸਿੰਘ ਕਲਸੀ ਨੇ ਮਿਡਲ ਤੱਕ ਦੀ ਸਿੱਖਿਆ ਆਪਣੇ ਪਿੰਡ ਢੁੱਡੀ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਖਾਲਸਾ ਹਾਈ ਸਕੂਲ ਫਰੀਦਕੋਟ ਤੋਂ ਪ੍ਰਾਪਤ ਕੀਤੀ। ਕਲਸੀ ਸਾਹਿਬ, ਤੁਸੀਂ ਲਗਭਗ 3 ਵਿਧਾ 'ਚ ਲਿਖਿਆ ਜੀ, ਕਾਵਿ ਦੀ ਗੱਲ ਹੈ, ਕਹਾਣੀ ਦੀ ਗੱਲ ਹੈ ਔਰ ਨਾਵਲ ਦੀ ਗੱਲ ਜੀ, ਇਹਨਾਂ ਨੂੰ ਮਾਧਿਅਮ ਬਣਾ ਕੇ ਤੁਸੀਂ ਆਪਣੇ ਭਾਵ ਜਿਹੜੇ ਹੈਗੇ ਆ ਵਿਅਕਤ ਕੀਤੇ ਆ ਜੀ, ਅਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਇਸ ਖੇਤਰ ਵੱਲ ਕਿਵੇਂ ਆਏ ਜਾਂ ਲਿਖਣ ਦਾ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਜਾਗਿਆ ਹੈ ਜਾਂ ਚੇਟਕ ਲੱਗੀ ਹੈ, ਇਸ ਬਾਰੇ ਸਾਨੂੰ ਦੱਸੋ।
ਸਭ ਤੋਂ ਜ਼ਿਆਦਾ ਮੇਰੀ ਅਟੈਚਮੈਂਟ ਵੱਡੇ ਬ੍ਰਦਰ ਨਾਲ ਸੀ, ਔਰ ਉਹ ਮੈਨੂੰ ਆਪਣੇ ਕੋਲ ਹੀ ਸਵਾਉਂਦੇ ਹੁੰਦੇ ਸੀ ਮੰਜਾ ਡਾਹ ਕੇ, ਅਤੇ ਉਹਨਾਂ ਨੂੰ ਸ਼ੌਕ ਸੀ ਕਿੱਸੇ ਪੜ੍ਹਨ ਦਾ ਜੀ, ਅਤੇ ਕਿੱਸਾ ਹਰੇਕ ਤਰ੍ਹਾਂ ਦਾ ਕਿੱਸਾ ਉਹਨਾਂ ਦੇ ਬੈੱਡ ਦੇ ਸਿਰਹਾਣੇ ਹੁੰਦਾ ਸੀਗਾ, ਔਰ ਉਹਨਾਂ ਦੀ ਜਿਹੜੀ ਆਵਾਜ਼ ਸੀ ਤਰੰਨਮ ਦੇ ਵਿੱਚ ਗਾਉਣ ਦਾ ਚਸਕਾ ਉਹਨੂੰ ਬੜਾ ਹੁੰਦਾ ਸੀਗਾ। ਸਿਆਲਾਂ ਦੇ ਵਿੱਚ ਉਚੇਚੇ ਤੌਰ 'ਤੇ ਉਹਨਾਂ ਦੇ ਸਾਥੀ ਉਹਨਾਂ ਦੇ ਆਣੀ ਜਿਹੜੇ ਬੁਲਾ ਕੇ ਲਿਜਾਂਦੇ ਹੁੰਦੇ ਸੀ, ਧੂਣਾ ਲਾ ਲੈਣਾ ਲਾ ਕੇ, ਅਤੇ ਉਹਦੇ 'ਤੇ ਹੀਰ ਖਾਸ ਕਰਕੇ ਉਗਾਉਂਦੇ ਹੁੰਦੇ ਸੀਗੇ, ਅਤੇ ਉਹ ਰੂਪ ਬਸੰਤ, ਤੋਤਾ ਮੈਨਾ, ਜਾਣੀ ਪੂਰਨ ਭਗਤ, ਅਤੇ ਇਸ ਤਰ੍ਹਾਂ ਦੇ ਕਿੱਸੇ ਜਿਹੜੇ ਸੀਗੇ, ਜ਼ਿੰਦਗੀ ਬਲਾਸ, ਨਸੀਹਤ ਬਲਾਸ, ਜਾਣੀ ਹਰ ਤਰ੍ਹਾਂ ਦਾ ਕਿੱਸਾ ਉਹਨਾਂ ਦੇ ਕੋਲ ਆਉਂਦਾ। ਔਰ ਤੁਸੀਂ ਇਹ ਹੈਰਾਨ ਹੋਵੋਗੇ ਕਿ ਮੈਂ ਤਕਰੀਬਨ ਚੌਥੀ ਕਲਾਸ ਤੱਕ ਸਾਰੇ ਹੀ ਕਿੱਸੇ ਪੜ੍ਹ ਲਏ ਸੀ ਜੀ, ਔਰ ਉਹਨਾਂ ਦਾ ਕੋਈ ਕੋੜਾ ਛੰਦ, ਕੋਈ ਸਵਈਆ, ਕੋਈ ਬੈਂਤ, ਔਰ ਉਹਦੇ ਨਾਲ ਨਾਲ ਹੀ ਤਕਰੀਬਨ ਮੈਨੂੰ ਉਹ ਜਿਹੜੇ ਸੀਗੇ ਜਿਹੜੀ ਵਿਧਾ ਸੀ ਉਹ ਅਚਨਚੇਤ ਹੀ, ਜਾਣੀ ਅਚਾਨਕ ਹੀ, ਜਾਣੀ ਇਸ ਸਬੱਬੀ ਕੁਦਰਤੀ ਗੱਲ ਉਹ ਦਿਮਾਗ ਦੇ ਵਿੱਚ ਵਸ ਗਈ ਜੀ ਜੀ। ਔਰ ਅਸੀਂ ਮੇਰੇ ਨਾਲ ਇੱਕ ਸੋਹਣ ਲਾਲ ਕਰਕੇ ਪੰਡਿਤ ਦਾ ਮੁੰਡਾ ਸੀਗਾ ਜਿਹਦੇ ਕਿ ਮਾਤਾ ਪਿਤਾ ਹੈ ਨਹੀਂ ਸੀ, ਅਤੇ ਉਹ ਅਕਸਰ ਹੀ ਸਾਡੇ ਘਰ ਆਇਆ ਜਾਇਆ ਕਰਦਾ ਹੁੰਦਾ ਸੀਗਾ, ਅਤੇ ਬੜਾ ਪਿਆਰ ਮਾਤਾ ਨੂੰ ਬੜਾ ਪਿਆਰ ਕਰਦੇ ਹੁੰਦੇ ਸੀਗੇ, ਅਤੇ ਮੇਰੇ ਨਾਲ ਹੀ ਪੜ੍ਹਨ ਕਰਕੇ, ਅਤੇ ਉਹ ਤੁਕਬੰਦੀ ਅਸੀਂ ਕਰਨੀ ਇੱਕ ਦੂਜੇ ਨਾਲ ਮਿਲਾ ਕੇ, ਅਤੇ ਤੁਕਬੰਦੀ ਕਰਦਿਆਂ ਕਰਦਿਆਂ ਆਪ ਹੀ ਸੁਧਾਈ ਕਰਨੀ, ਉਹ ਬੋਲ ਕੇ ਜੇ ਉਹ ਦੱਸਣਾ ਜਾਂ ਇਸ ਤਰ੍ਹਾਂ ਗੱਲ ਕਰਨੀ ਅਤੇ ਉਹਨੂੰ ਕਹਿਣਾ ਵੀ ਤੇਰੀ ਆਹ ਗੱਲ ਗਲਤ ਹੈ, ਤੇਰੀ ਆਹ ਗਲਤ ਹੈ, ਜਾਣੀ ਇਸ ਤਰ੍ਹਾਂ ਸੁਧਾਈ ਕਰਕੇ। ਅਤੇ ਛੋਟੀਆਂ ਛੋਟੀਆਂ ਕਵਿਤਾਵਾਂ ਅਸੀਂ ਬਚਪਨ ਦੇ ਵਿੱਚ ਬੜੀਆਂ ਹੀ ਲਿਖ ਛੱਡੀਆਂ, ਜਦੋਂ ਕਿ 7ਵੀਂ 6ਵੀਂ 7ਵੀਂ ਤੋਂ ਪਹਿਲਾਂ ਇਹ ਸਾਡੀ ਸ਼ੁਰੂਆਤ ਸੀ। ਉਦੋਂ ਨਾ ਲਿਖਣ ਦਾ, ਨਾ ਲਿਖਾਉਣ ਦਾ, ਨਾ ਹੀ ਛਪਾਉਣ ਦਾ ਕੋਈ ਹੁੰਦਾ ਸੀ ਇਸ ਤਰ੍ਹਾਂ ਦਾ, ਮਗਰ ਇਹ ਵੀ ਇਹ ਵਿਧਾ ਨੇ ਮੈਨੂੰ ਇਹ ਜਿਹੜੀ ਕਾਵਿ ਕਲਾ ਵੱਲ ਲਿਆਂਦਾ। ਲਾਲ ਸਿੰਘ ਕਲਸੀ ਦੀ ਜ਼ਿੰਦਗੀ ਵਿੱਚ ਭਾਵੇਂ ਕਈ ਉਤਰਾਅ ਚੜ੍ਹਾਅ ਰਹੇ, ਪਰ ਉਸਨੇ ਆਪਣੇ ਵਿੱਦਿਅਕ ਪੱਧਰ ਨੂੰ ਉੱਚਾ ਹੀ ਚੁੱਕਿਆ, ਜਿਸ ਵਿੱਚ ਮਕੈਨੀਕਲ ਟ੍ਰੇਡ ਵਿੱਚ ਡਿਪਲੋਮਾ 1963-67, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ BA 1975 ਵਿੱਚ, MA ਪੰਜਾਬੀ 1977 ਵਿੱਚ ਅਤੇ MBA 2007-2009 ਵਿੱਚ ਪੱਤਰ ਵਿਹਾਰ ਸਿੱਖਿਆ ਰਾਹੀਂ ਪ੍ਰਾਪਤ ਕੀਤੀਆਂ ਡਿਗਰੀਆਂ ਹਨ। ਸਰਦਾਰ ਲਾਲ ਸਿੰਘ ਕਲਸੀ ਸਾਹਿਤ ਸਭਾ ਫਰੀਦਕੋਟ ਦੇ ਬਹੁਤ ਵੱਡੇ ਥੰਮ ਨੇ। ਇਹ ਸਭਾ ਨੂੰ ਕਾਇਮ ਕਰਨ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ। ਖਾਸ ਕਰਕੇ ਸਭਾ ਤਾਂ ਚੱਲਦੀ ਆਈ, ਇਸ ਨੂੰ ਜਦੋਂ ਅਸੀਂ ਰਜਿਸਟਰ ਕਰਾਉਣਾ ਸੀ ਉਹਦੇ ਵਾਸਤੇ ਇਹਨਾਂ ਨੇ ਉੱਦਮ ਕੀਤਾ, ਬੜੇ ਵੱਡੇ ਵੱਡੇ ਸਮਾਗਮ ਵੀ ਹੋਏ। ਬਹੁਤ ਇਹਨਾਂ ਦੀ ਜਿਹੜੀ ਰਚਨਾ ਹੈ ਉਹ ਵੀ ਬੜੀ ਪਾਏਦਾਰ ਅਤੇ ਉੱਚ ਪੱਧਰ ਦੀ ਹੈ। ਇਹ ਬੜੇ ਸੂਝਵਾਨ ਇਨਸਾਨ ਹਨ, ਬੜੇ ਉੱਦਮੀ ਨੇ। ਬਾਕੀ ਇਹ ਜਿੱਥੇ ਵੀ ਕੰਮ ਕਰਦੇ ਨੇ ਉੱਥੇ ਇਹਨਾਂ ਦੀ ਬਹੁਤ ਇੱਜ਼ਤ ਬਣਦੀ ਹੈ, ਕਿਉਂਕਿ ਇਹ ਕੰਮ ਕਰਦੇ ਦਿਲ ਲਾ ਕੇ। ਇਹ ਬੜੇ ਸਿਹਰਦ ਨੇ, ਯਾਰਾਂ ਦੇ ਯਾਰ ਨੇ, ਸਾਨੂੰ ਪਿਆਰ ਕਰਨ ਵਾਲੇ ਨੇ, ਔਰ ਇਹ ਅਧਿਐਨ ਬੜਾ ਕਰਦੇ ਹੈ, ਬੜੀਆਂ ਪੁਸਤਕਾਂ ਪੜ੍ਹੀਆਂ। ਇਹਨਾਂ ਨੇ ਆਪਦਾ ਸਾਹਿਤਕ ਸਰਕਲ ਵੀ ਬਹੁਤ ਬਣਾਇਆ, ਆਸੇ ਪਾਸੇ ਦੀਆਂ ਸਾਹਿਤ ਸਭਾਵਾਂ ਦੇ ਵਿੱਚ ਸਾਧਕ ਹੈ, ਜਿਸ ਤਰ੍ਹਾਂ ਉੱਧਰੋਂ ਫਲੋਰ ਅਤੇ ਹੋਰ ਸਾਰੀਆਂ ਸਭਾਵਾਂ ਦੇ ਵਿੱਚ ਸਾਰੇ ਜਿਹੜੇ ਲਿਖਾਰੀ ਹੈ ਉਹ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ, ਉਹ ਇਹਨਾਂ ਨੂੰ ਬੁਲਾਉਂਦੇ ਰਹਿੰਦੇ ਨੇ, ਸਮਾਗਮ ਹੁੰਦੇ ਰਹਿੰਦੇ ਨੇ। ਆਹ ਵੀ ਇਹ ਜਿੱਥੇ ਵੀ ਕੋਈ ਸਾਹਿਤਕ ਸਮਾਗਮ ਹੁੰਦਾ ਬੜੇ ਉਤਸ਼ਾਹ ਨਾਲ ਜਾਂਦੇ ਨੇ, ਉੱਥੇ ਵੀ ਇਹਨਾਂ ਦੀ ਬੜੀ ਥਾਂ ਹੈ। ਇਹ ਸਾਡੇ ਸਾਹਿਤ ਸਭਾ ਫਰੀਦਕੋਟ ਦੇ ਕਿੰਨਾ ਹੀ ਚਿਰ ਜਨਰਲ ਸਕੱਤਰ ਵੀ ਰਹੇ, ਹੁਣ ਕੁਛ ਇਹਨਾਂ ਦੇ ਘਰੇਲੂ ਰਜੇਵੇਂ ਹੋਣ ਕਰਕੇ ਥੋੜ੍ਹਾ ਜਿਹਾ ਘੱਟ ਸਮਾਂ ਦੇ ਸਕਦੇ ਆ। ਅਸੀਂ ਉਮੀਦ ਕਰਦੇ ਹਾਂ
ਕਿ ਇਹ ਗਾਂ ਨੂੰ ਸਭਾ ਵਾਸਤੇ ਹੋਰ ਕੰਮ ਕਰਨਗੇ, ਕਰ ਵੀ ਰਹੇ ਨੇ। ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਬੜੀ ਸਟਰਗਲ ਵਾਲੀ ਜ਼ਿੰਦਗੀ ਹੈ, ਸੰਘਰਸ਼ ਵਾਲੀ ਜ਼ਿੰਦਗੀ ਹੈ, ਔਰ ਇਸ ਸੰਘਰਸ਼ ਵਿੱਚੋਂ ਹੀ ਸਾਹਿਤ ਪੈਦਾ ਹੁੰਦਾ। ਮੈਂ ਇਹਨਾਂ ਨੂੰ ਪਰਿਵਾਰਕ ਤੌਰ 'ਤੇ ਜਾਣਦਾ। ਇਹਨਾਂ ਦਾ ਪਰਿਵਾਰ ਵੀ ਬਹੁਤ ਤਰੱਕੀ ਵਾਲਾ ਪਰਿਵਾਰ ਹੈ, ਬੱਚੇ ਬੜੇ ਸਿਆਣੇ ਨੇ, ਔਰ ਮੈਂ ਇਹਨਾਂ ਵਾਸਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜ਼ਿੰਦਗੀ ਦੀ ਗੱਡੀ ਨੂੰ ਲੀਹ ਤੇ ਲਿਆਉਣ ਲਈ ਲਾਲ ਸਿੰਘ ਕਲਸੀ ਨੇ 1965 ਵਿੱਚ ਪ੍ਰਸਿੱਧ ਕੰਪਨੀ HMT ਵਿੱਚ ਨੌਕਰੀ ਕਰ ਲਈ, ਪਰ ਸ਼ਾਇਦ ਹਾਲਾਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਰੋਧਾਭਾਸ ਸ਼ੁਰੂ ਹੋ ਗਿਆ ਤੇ ਕਲਸੀ ਨੇ HMT ਨੂੰ ਅਲਵਿਦਾ ਆਖ ਦਿੱਤੀ। ਕਲਸੀ ਸਾਹਿਬ, ਜਿਵੇਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਪਹਿਲਾਂ ਇੱਥੇ ਪੰਜੌਰ ਦੇ ਵਿੱਚ HMT 'ਚ ਕੰਮ ਕਰਦੇ ਸੀਗੇ, ਉਸ ਤੋਂ ਬਾਅਦ ਤੁਸੀਂ ਬਾਹਰ ਵੀ ਗਏ ਹੋ, ਫਿਰ ਵਾਪਸ ਆਏ ਹੋ, ਫਿਰ ਹੋਰ ਦੇਸ਼ 'ਚ ਵੀ ਗਏ ਹੋ, ਕਾਫ਼ੀ ਚੱਕਰ ਇਹ ਚੱਲਦਾ ਰਿਹਾ ਤੁਹਾਡੀ ਲਾਈਫ ਦੇ ਵਿੱਚ। ਸੋ ਇਸ ਬਾਰੇ ਸਾਨੂੰ ਦੱਸੋ ਅਤੇ ਉਹਦੇ ਵਿੱਚੋਂ ਜੋ ਸਾਹਿਤ ਨਿਕਲਿਆ ਉਹਦੇ ਬਾਰੇ ਵੀ ਗੱਲ ਕਰੋ। ਕੋਰੀਆ ਜੀ, ਜੇ ਆਪਾਂ ਜ਼ਿੰਦਗੀ ਨੂੰ ਪੜਚੋਲੀਏ ਨਾ, ਤਾਂ ਰਚਨਾਵਾਂ ਜਿਹੜੀਆਂ ਹਰ ਸਮੇਂ ਨਾਲ ਨਾਲ ਚੱਲਦੀਆਂ, ਸਾਹਿਤਕ ਕਹਿ ਲਓ, ਵਾਰਤਕ ਕਹਿ ਲਓ ਜਾਂ ਕਾਵਿਕ ਕਹਿ ਲਓ, ਉਹ ਬੰਦੇ ਦੀ ਮਨ ਦੀ ਉਛਾਲ ਹੈ ਕਿਸ ਪਾਸੇ ਬਹਿ ਗਿਆ, ਵਹਾ ਬਹਿ ਗਿਆ। ਸਰਵਿਸ ਕਰਦਿਆਂ ਕਰਦਿਆਂ ਦੇਖੋ, ਇੱਕ ਮੈਂ ਛੋਟਾ ਜਿਹਾ ਗੱਲ ਕਰਾਂ ਕਿ ਜਿਹੜਾ ਹੱਥ ਨਾਲ ਮਿਹਨਤ ਕਰਨ ਵਾਲਾ ਬੰਦਾ ਹੈ, ਕਿਰਤੀ ਬੰਦਾ ਹੈ, ਉਹ ਜੋ ਸੱਚੀ ਕਿਰਤ ਕਰਦਾ, ਜਦੋਂ ਉਹਦਾ ਮੁੱਲ ਨਹੀਂ ਪੈਂਦਾ ਤਾਂ ਉਦੋਂ ਇਹ ਇਨਕਲਾਬ ਪੈਦਾ ਹੁੰਦਾ, ਉਹ ਰਿਵੋਲਟ ਕਰਦਾ। ਇਹੀ ਹਾਲਤ ਮੇਰੀ HMT ਸਰਵਿਸ ਕਰਦਿਆਂ, 12.5 ਸਾਲ ਦੀ ਸਰਵਿਸ ਸੀ ਮੇਰੀ ਜੀ, ਔਰ 3000 ਦੇ ਵਿੱਚੋਂ ਸਾਡੀ ਕੁਛ ਬੰਦਿਆਂ ਦੇ ਵਿੱਚ ਗਿਣਤੀ ਆਉਂਦੀ ਸੀ ਜੀ। ਜੋ ਵੀ ਨਵਾਂ ਕੰਮ ਸ਼ੁਰੂ ਹੁੰਦਾ ਸੀ ਉਹ ਸਾਥੋਂ ਪਹਿਲਾਂ ਸ਼ੁਰੂ ਹੁੰਦਾ ਸੀ, ਉਹਦੇ ਕਮੀਆਂ ਪੇਸ਼ੀਆਂ ਸਾਰੀਆਂ ਅਸੀਂ ਦੂਰ ਕਰਾਉਂਦੇ ਸੀ ਜੀ, ਜਾਣੀ ਥੱਲੇ ਤੋਂ ਲੈ ਕੇ ਉੱਪਰ ਤੱਕ ਜਨਮ ਨਿਜ਼ ਤੱਕ ਅਤੇ ਸਾਡੀ ਗਿਣਤੀ ਸੀ। ਅਤੇ ਇੱਕ ਘਟਨਾ ਇਹੋ ਜਿਹੀ ਵਾਪਰੀ ਜਿੱਥੇ ਕਿ ਸਾਡੇ ਨਾਲ ਇਨਸਾਫ਼ ਨਹੀਂ ਹੋਇਆ, ਔਰ ਐਟ ਏ ਟਾਈਮ ਅਸੀਂ 7 ਬੰਦੇ ਕੰਮ ਕਰਨੇ, 7 ਦੇ ਵਿੱਚੋਂ 3 ਬੰਦੇ ਐਟ ਏ ਟਾਈਮ ਅਸੀਂ ਫੈਕਟਰੀ ਛੱਡ ਕੇ ਚਲੇ ਗਏ ਸੀ, ਅਤੇ ਉਹ ਕਾਰਨ ਬਣਿਆ ਮੇਰਾ ਬਾਹਰ ਜਾਣ ਦਾ ਜੀ। ਅਤੇ ਉਸਦੇ ਨਾਲ ਨਾਲ ਕਿਉਂਕਿ ਅੱਜ ਦਾ ਆਪਣਾ ਇਨਸਾਨ ਜਿਸ ਕੈਡਰ 'ਚ ਆਪਾਂ, ਜਿਸ ਲੈਵਲ 'ਚ ਆਪਾਂ ਜਿਉਂ ਰਹੇ ਹਾਂ ਜੀ, ਮਿਹਨਤ ਅਤੇ ਕਿਰਤ ਜ਼ਰੂਰੀ ਹੈ, ਉਹਦੇ ਬਿਨਾਂ ਆਪਣਾ ਗੁਜ਼ਾਰਾ ਨਹੀਂ ਹੈ। ਅਤੇ ਉਹੀ ਜਿਹੜੀ ਕਿਰਤ ਦਾ ਸਬੱਬ ਸੀ ਸਾਨੂੰ ਬਾਹਰ ਖਿੱਚ ਕੇ ਲੈ ਗਿਆ ਜੀ, ਔਰ ਈਰਾਨ ਸਭ ਤੋਂ ਪਹਿਲਾਂ ਗਏ ਸੀ ਜੀ। ਈਰਾਨ ਦੇ ਵਿੱਚ ਜੋ ਮਾਹੌਲ, ਸ਼ਹਿਨਸ਼ਾਹ ਦਾ ਰਾਜ ਸੀ ਉਸ ਵੇਲੇ ਰਜ਼ਾ ਪਹਿਲਵੀ ਦਾ, ਅਤੇ ਉਸ ਵੇਲੇ ਜੋ ਮਾਹੌਲ ਸੀਗਾ ਬਹੁਤ ਵਧੀਆ ਮਾਹੌਲ ਸੀਗਾ। ਮੈਂ ਕਿਹਾ ਜੋ ਅਮੈਰੀਕਨ ਜਿਹੜੇ ਲੋਕ ਸੀਗੇ ਜਾਂ ਜਰਮਨ ਇੰਗਲੈਂਡ ਵਾਲੇ ਸੀ, ਉਹ ਈਰਾਨ ਘੁੰਮਣ ਆਉਂਦੇ ਹੁੰਦੇ ਸੀ ਜੀ। ਔਰ ਜੇ ਅਸੀਂ ਆਪਣੇ ਲੈਵਲ 'ਤੇ ਕਹੀਏ ਵੀ ਪੰਜਾਬੀਆਂ ਦਾ ਯੋਗਦਾਨ ਉੱਥੇ ਅਤੇ ਜਾਂ ਆਪਣੇ ਇੰਡੀਅਨ ਦਾ ਯੋਗਦਾਨ, ਉਹ ਬੜਾ ਮਹੱਤਵਪੂਰਨ ਸੀ ਕਿਉਂਕਿ ਉਹ ਲੋਕ ਟੈਕਨੀਕਲ ਲੈਵਲ ਦੇ ਵਿੱਚ ਨਹੀਂ ਸੀਗੇ, ਅਤੇ ਅਸੀਂ ਮਤਲਬ ਉਹਨਾਂ ਦੀ ਘਾਟ ਨੂੰ ਜਾ ਕੇ ਪੂਰਿਆਂ ਕੀਤਾ, ਅਤੇ ਜਿਸ ਦੀ ਵਜ੍ਹਾ ਕਰਕੇ ਸਾਡਾ ਸੈਮੀ ਗੌਰਮੈਂਟ ਕੀ ਪਿਓਰਲੀ ਗੌਰਮੈਂਟ ਕਾਰਖਾਨਾ ਸੀ ਜਿਹਦਾ ਅਸੀਂ ਉਸਾਰੀ ਕਰਨ ਵਾਸਤੇ ਗਏ ਸੀ।
77 ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਵੀ ਉਸ ਵੇਲੇ ਅੱਜ ਦੇ ਜਿਹੜੇ ਮੌਲ ਆਪਾਂ ਦੇਖਦੇ ਹਾਂ ਇਹ, ਅਤੇ ਅੱਜ ਦਾ ਫੁੱਲ ਕੰਪਿਊਟਰਾਈਜ਼ ਕਾਰਖਾਨਾ ਜਿਹੜਾ ਸੀ, ਆਟੋਮੈਟਿਕ ਜਿਹੜਾ ਸੈਂਸਿਟਿਵ ਪਲਾਂਟ ਸੀਗਾ, ਉਹ ਬੰਦੇ ਦੀ ਜਗ੍ਹਾ 'ਤੇ ਕੰਪਿਊਟਰ ਕੰਮ ਕਰਦਾ ਸੀਗਾ, ਆਟੋਮੈਟਿਕ ਕੰਟਰੋਲ ਸੀਗਾ, ਉਹੋ ਜਿਹਾ ਕਾਰਖਾਨਾ ਅਸੀਂ ਉਸਾਰੀ ਇਹਦੇ ਨੇ ਕੀਤਾ, ਔਰ ਉਹਦੀ ਸੁਪਰਵੀਜ਼ਨ ਦੀ ਜੋਬ ਸੀ ਮੇਰੀ, ਅਤੇ ਉਸਦੇ ਵਿੱਚ ਮਨ ਨੂੰ ਬੜੀ ਸ਼ਾਂਤੀ, ਬੜਾ ਸਕੂਨ ਸੀ, ਔਰ ਜਦੋਂ ਸਾਨੂੰ ਥੋੜ੍ਹਾ ਜਿਹਾ ਫੁਰਸਤ ਮਿਲਦੀ ਸੀ ਅਤੇ ਜਾਂ ਅਸੀਂ ਸਾਈਟ ਤੋਂ ਪਲਾਂਟ ਦੀ ਸਾਈਟ 'ਤੇ ਸਾਨੂੰ ਕੰਮਨੇਸ਼ਨ ਦਿੱਤੀ ਸੀ, ਸਾਨੂੰ ਸ਼ਹਿਰ ਜਾਣ ਵਾਸਤੇ ਵੀਰਵਾਰ ਦਾ ਅੱਧਾ ਦਿਨ ਅਤੇ ਸ਼ੁੱਕਰਵਾਰ ਪੂਰਾ ਦਿਨ, ਬੱਸਾਂ 3 ਵਾਰੀ ਬੱਸਾਂ ਕੰਪਨੀਆਂ ਲੈ ਕੇ ਜਾਂਦੀਆਂ ਸੀ, ਲੈ ਕੇ ਆਉਂਦੇ ਸੀ, ਜਾਣੀ ਇਹ ਕਹਿ ਲਓ ਸੀ VIP ਟ੍ਰੀਟਮੈਂਟ ਸਾਨੂੰ ਮਿਲ ਰਿਹਾ ਸੀਗਾ, ਔਰ ਸਾਨੂੰ ਕਿਸੇ ਤਰ੍ਹਾਂ ਕੋਈ ਪਰੇਸ਼ਾਨੀ ਸੀ, ਅਤੇ ਅਸੀਂ ਤਕਰੀਬਨ 52 ਆਪਣੇ ਪੰਜਾਬੀ ਇਕੱਠੇ ਗਏ ਹੋਏ ਸੀ, ਔਰ ਜਿਹਦੇ ਵਿੱਚੋਂ ਕਿ ਅਸੀਂ ਇੱਕ ਤਰ੍ਹਾਂ ਦੀ ਕਲੱਬ ਵੀ ਬਣਾਈ, ਔਰ ਗੀਤ ਸੰਗੀਤ ਦਾ ਪ੍ਰੋਗਰਾਮ ਚੱਲਿਆ, ਇੱਥੋਂ ਤੱਕ ਵੀ ਅਸੀਂ ਪਾਰਕ ਰਜ਼ਾ ਪਹਿਲਵੀ ਪਾਰਕ ਆਉਂਦਾ ਸੀਗਾ, ਉੱਥੇ ਅਸੀਂ ਸ਼ੁਗਲ ਮੇਲਾ ਕਰਨਾ ਛੁੱਟੀ ਵਾਲੇ ਦਿਨ, ਅਤੇ ਇਰਾਨੀਆਂ ਨੇ ਸਾਨੂੰ ਨਾਲ ਬੜਾ ਸਾਥ ਦੇਣਾ, ਜਿਹੜੀ ਉਹ ਵੀ ਇੱਕ ਸਾਡਾ ਮੂਵਮੈਂਟ ਸੀ ਜਿਹਨੇ ਕਿ ਸਾਡੀ ਸਾਹਿਤ ਨੂੰ ਕ੍ਰੀਏਟ ਕਰਨ ਦੇ ਵਿੱਚ ਸਾਡੀ ਮਦਦ ਕੀਤੀ, ਉਹ ਮਾਹੌਲ ਨੇ। ਸੰਨ 1977 ਵਿੱਚ ਕਲਸੀ ਨੇ ਵਤਨ ਛੱਡ ਦਿੱਤਾ ਅਤੇ ਇਰਾਨ ਵਿੱਚ ਆਪਣੀ ਕਿਸਮਤ ਅਜਮਾਉਣ ਚੱਲ ਪਿਆ, ਜਿੱਥੇ ਉਸਨੇ 1977 ਤੋਂ 1979 ਤੱਕ ਜੀ ਤੋੜ ਕੰਮ ਕੀਤਾ, ਅਤੇ ਫਿਰ ਉਹ ਆਬੋਧਾਬੀ ਦੀ ਤੇਲ ਅਤੇ ਗੈਸ ਪੈਦਾ ਕਰਨ ਵਾਲੀ ਇੱਕ ਕੰਪਨੀ ਵੱਲ ਹੋ ਤੁਰਿਆ, ਅਤੇ ਇੱਥੋਂ ਹੀ ਉਸਦੀ ਜ਼ਿੰਦਗੀ ਦੀ ਜੱਦੋ ਜਹਿਦ ਵਿੱਚੋਂ ਉਸ ਵਿਚਲਾ ਸਾਹਿਤਕਾਰ ਉਜਾਗਰ ਹੋ ਉੱਠਿਆ, ਅਤੇ ਉਸਨੇ ਆਪਣਾ ਪਹਿਲਾ ਨਾਵਲ ਜੀਤੀ ਲਿਖਿਆ, ਜਿਸ ਦੀ ਭਰਪੂਰ ਚਰਚਾ ਹੋਈ। ਅਤੇ ਇਸ ਤੋਂ ਇਲਾਵਾ ਫਿਰ ਜਦੋਂ ਮੈਂ ਵਾਪਸ ਆਏ, ਛੁੱਟੀ ਆਈ ਸੀ ਅਸੀਂ, ਕਿਉਂਕਿ ਸਾਨੂੰ ਪਰਮਾਨੈਂਟ ਉਹਨਾਂ ਨੇ ਰਿਕਰੂਟਮੈਂਟ ਕਰ ਲਿਆ ਸੀਗਾ, ਨੌਕਰੀ ਪਰਮਾਨੈਂਟ ਦੇ ਦਿੱਤੀ ਸੀ, ਗੌਰਮੈਂਟ ਦੀ ਨੌਕਰੀ, ਸਾਨੂੰ ਬੱਚਿਆਂ ਨੂੰ ਲੈਣ ਵਾਸਤੇ ਭੇਜਿਆ ਗਿਆ ਸੀ ਜੀ, ਵੀ ਤੁਸੀਂ ਬੱਚੇ ਲੈ ਕੇ ਆਓ, ਸਾਨੂੰ ਫੁੱਲ ਫਲਾਈਟ ਅਕੋਮੋਡੇਸ਼ਨ ਸਭ ਕੁਝ ਦਿੱਤਾ ਹੋਇਆ ਸੀਗਾ। ਇੱਥੇ ਆਇਆ ਜਦੋਂ 12 ਫਰਵਰੀ 1979 ਨੂੰ ਖਮੇਨੀ ਇੰਟਰ ਕਰ ਗਿਆ ਇਰਾਨ ਦੇ ਵਿੱਚ, ਅਤੇ ਸ਼ਾਹ ਫਿਰਾਨ ਰਜ਼ਾ ਪਹਿਲਵੀ ਰਾਤੇ ਰਾਤ ਉਹ ਪਰਿਵਾਰ ਲੈ ਕੇ ਅਤੇ ਇੰਗਲੈਂਡ ਫਲਾਈ ਕਰ ਗਿਆ, ਜਿਹੜੀ ਰਾਜ ਪਲਟਾ। ਅਰਬ ਦੇਸ਼ਾਂ ਦੇ ਦੁੱਖਾਂ ਸੁੱਖਾਂ ਨੇ ਜ਼ਿੰਦਗੀ ਨੂੰ ਬੇਹੱਦ ਪ੍ਰਭਾਵਿਤ ਕੀਤਾ, ਪਰਿਵਾਰ ਤੋਂ ਵਿਛੋੜੇ ਦੇ ਦਰਦ ਅਤੇ ਉੱਥੇ ਕੰਮ ਕਾਰ ਕਰਦੇ ਸਾਥੀ ਪੰਜਾਬੀ ਅਤੇ ਭਾਰਤੀਆਂ ਦੀਆਂ ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਕਲਸੀ ਨੇ ਆਪਣੀ ਕਲਮ ਦੀ ਪੁੱਟ ਦਿੱਤੀ, ਜਿਸ ਦੀ ਬਦੌਲਤ ਵਿੱਚ ਪ੍ਰਦੇਸ਼ਾਂ ਦੇ ਨਾਵਲ ਰਾਹੀਂ ਅਰਬ ਮੁਲਕਾਂ ਵਿੱਚ ਪੰਜਾਬੀ ਅਤੇ ਭਾਰਤੀ ਲੋਕਾਂ ਦੀ ਤਰਸਯੋਗ ਜ਼ਿੰਦਗੀ ਦਾ ਤਬਸਰਾ ਪਹਿਲੀ ਵਾਰ ਕਲਸੀ ਨੇ ਹੀ ਸਾਹਮਣੇ ਲਿਆਂਦਾ ਹੈ। ਸੰਨ
ਸਾਨੂੰ ਟੈਲੀਗ੍ਰਾਮ ਆ ਗਈ ਵੀ ਤੁਸੀਂ ਵਾਪਸ ਆਉਣ ਦੀ ਕੋਸ਼ਿਸ਼ ਨਾ ਕਰਿਓ ਅਤੇ ਆਪਣੇ ਅਕਾਊਂਟਸ ਨੰਬਰ ਅਤੇ ਆਪਣੇ ਪਰਮਾਨੈਂਟ ਐਡਰੈਸ ਜਿਹੜੇ ਸਾਨੂੰ ਭੇਜ ਦਿਓ ਤਾਂ ਹੀ ਤੁਹਾਡਾ ਜਿਹੜਾ ਬਕਾਇਆ ਬਕਾਇਆ ਹੈ ਉਹ ਸਾਨੂੰ ਭੇਜ ਦਈਏ ਅਤੇ ਕਿਉਂਕਿ ਜਿਹੜਾ ਹੱਥ 'ਚ ਬੇਸ਼ ਕੰਟਰੋਲ ਬੇਸ਼ੱਕ ਇਰਾਨੀਅਨ ਦੇ ਹੱਥ 'ਚ ਸੀ ਪਰ ਸਾਰੀ ਵਰਕਿੰਗ ਜਿਹੜੀ ਸੀ ਉਹ ਸਾਰੇ ਫੋਰਨਰ ਦੇ ਹੱਥ 'ਚ ਸੀ ਇਸ ਕਰਕੇ ਕਿਤੇ ਪਲਾਂਟ ਗਏ ਕਿਤੇ ਸਭ ਕੁਛ ਗਿਆ ਅਤੇ ਸਾਨੂੰ ਜਿੰਨਾ ਕੁ ਸਾਨੂੰ ਬਣਦਾ ਸੀ ਸਾਡਾ ਲਗਭਗ ਅਸੀਂ ਐਡਵਾਂਸ ਉਹਨਾਂ ਕੋਲ ਲੈ ਆਏ ਸੀ ਅਤੇ ਉਹ ਤੋਂ ਬਾਅਦ ਅਸੀਂ ਵਾਪਸ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸੈਕਿੰਡ ਫਿਰ ਗੱਲ ਆਈ ਸਾਡੀ ਵੀ ਹਾਂ ਉੱਧਰੋਂ ਐਚ ਐਮ ਟੀ 'ਚੋਂ ਰਿਜ਼ਾਈਨ ਕਰ ਚੁੱਕੇ ਸੀ ਉੱਥੋਂ ਫਾਈਨਲ ਲੈ ਕੇ ਅਸੀਂ ਜਿੰਨਾ ਕੁ ਸੀ ਅਤੇ ਉਸ ਟਾਈਮ 'ਤੇ ਤਾਂ ਦੇਖੋ ਕੋਲੀਆ ਜੀ ਜੇ ਆਪਾਂ ਇਹ ਗੱਲ ਕਰੀਏ ਵੀ 1000 ਰੁਪਇਆ ਕਿਸੇ ਦੇ ਬੈਂਕ ਬੈਲੈਂਸ ਸੀ ਤੂੰ ਅੱਜ ਦੇ ਲੱਖਾਂ ਨਾਲੋਂ ਵਧੀਆ ਸੀ ਅਤੇ ਉਸ ਟਾਈਮ 'ਤੇ ਫਿਰ ਅਸੀਂ ਸੋਚਿਆ ਵੀ ਭਾਈ ਇਹ ਘਰ ਬੈਠ ਕੇ ਤਾਂ ਖਾਧਾ ਨਹੀਂ ਜਾਣਾ ਫਿਰ ਅਸੀਂ ਹੌਲੀ ਹੌਲੀ ਕੋਸ਼ਿਸ਼ ਕੀਤੀ ਤਾਂ ਸੈਮੀ ਗੌਰਮੈਂਟ ਦੀ ਨੌਕਰੀ ਸਾਨੂੰ ਫਿਰ ਆਬੂਧਾਬੀ ਯੂ ਏ ਈ ਗੌਰਮੈਂਟ ਦੀ ਮਿਲ ਗਈ ਤੁਸੀਂ ਇਰਾਨ ਤੋਂ ਫਿਰ ਇਰਾਨ ਤੋਂ ਜਾਣ ਤੋਂ ਬਾਅਦ ਫਿਰ ਆਬੂਧਾਬੀ ਚਲੇ ਜੀ ਜੀ ਅਤੇ ਉੱਥੇ ਡਿਊਟੀ ਟਾਈਮ ਸਾਡਾ ਇਹ ਹੁੰਦਾ ਸੀ 6:30 ਵਜੇ ਤੋਂ ਲੈ ਕੇ ਕਿਉਂ ਗਰਮੀ ਬਹੁਤ ਹੁੰਦੀ ਹੈ 6:30 ਵਜੇ 11:30 ਪੰਜ ਘੰਟੇ ਇਹ ਲੱਗ ਗਏ ਸਾਡੇ ਉਸ ਤੋਂ ਬਾਅਦ ਸ਼ਾਮ ਦੇ 3:30 ਵਜੇ ਤੋਂ ਲੈ ਕੇ 7:30 ਵਜੇ ਤੱਕ 4 ਘੰਟੇ ਹੋ ਜਾਣੇ 9 ਘੰਟੇ ਉਸਦੇ ਵਿੱਚ 1.5 ਘੰਟਾ ਸਾਡਾ ਓਵਰ ਟਾਈਮ ਦਾ ਪੈ ਜਾਂਦਾ ਹੁੰਦਾ ਸੀ ਜਿਹੜਾ ਸਾਡਾ ਦੁਪਹਿਰ ਦਾ ਟਾਈਮ ਹੁੰਦਾ ਸੀਗਾ ਕਿਉਂਕਿ ਏਸੀ ਅਕੋਮੋਡੇਸ਼ਨ ਹੁੰਦੀ ਸੀ ਅਸੀਂ ਜਾ ਕੇ ਜਿਹੜੇ ਕੰਮ ਵਾਲੇ ਕੱਪੜੇ ਪਹਿਲਾਂ ਲਾਹ ਲੈ ਕੇ ਨਹਾ ਕੇ ਇਸ਼ਨਾਨ ਕਰਕੇ ਅਤੇ ਰੋਟੀ ਪਾਣੀ ਖਾ ਕੇ ਆਣ ਕੇ ਜਾਂ 2-2.5 ਘੰਟੇ ਰਿਲੈਕਸ ਹੁੰਦੇ ਸੀ ਏਸੀ ਰੂਮ ਦੇ ਵਿੱਚ ਬੈਠ ਕੇ ਅਤੇ ਫਿਰ ਅਸੀਂ ਇਹੋ ਜਿਹਾ ਕੁਛ ਹੀ ਕਰਦੇ ਜਾਂ ਚਿੱਠੀਆਂ ਲਿਖਣੀਆਂ ਸਤਿਕ ਮਾਹੌਲ ਅਤੇ ਜਾਂ ਫਿਰ ਇਹ ਵੀ ਆਪਣਾ ਮਨੋ ਮਨ ਦੇ ਜੇ ਵਲਵਲੇ ਉਹਨਾਂ ਨੂੰ ਚਾਹੇ ਕਾਵਿਕ ਰੂਪ ਚਾਹੇ ਅਸੀਂ ਵਾਤਕ ਰੂਪ ਦੇ ਵਿੱਚ ਅੰਕਿਤ ਕਰਨਾ ਔਰ ਇਹੀ ਸੀਗਾ ਕਿ ਵਿੱਚ ਪ੍ਰਦੇਸ਼ਾਂ ਦੇ ਉੱਥੇ ਇਸ ਨੇ ਜਨਮ ਲਿਆ ਉਹਦਾ ਖਰੜਾ ਬਣਿਆ ਖਰੜਾ ਬਣਿਆ ਕਿਉਂਕਿ ਮੇਰੇ ਨਾਲ ਦੇ ਕੁਲੀਗ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਦੇ ਹਾਲਾਤ ਉਹਨਾਂ ਦੇ ਘਰ ਦੇ ਹਾਲਾਤ ਵੱਡੀ ਟ੍ਰੈਜਡੀ ਕੋਲ ਇਹ ਦੱਸਾਂ ਕਿ ਬਾਹਰ ਜਾਣ ਵਾਲਾ ਆਦਮੀ ਜਿਹੜਾ ਹੈਗਾ ਉਹ ਦੋ ਪੁੜਾਂ ਦੇ ਵਿੱਚ ਪਿਸਦਾ ਹੈ ਬਿਲਕੁਲ ਇੱਕ ਤਾਂ ਘਰ ਦਾ ਇਹ ਮਜਬੂਰੀ ਸਮਝਦਾ ਉਹ ਦੂਜਾ ਉੱਥੇ ਦੀ ਮਜਬੂਰੀ ਅਤੇ ਤੀਜੇ ਨੰਬਰ ਜੋ ਆਣ ਕੇ ਉਸਨੂੰ ਫੇਸ ਕਰਨਾ ਪੈਂਦਾ ਹੈ ਸਿਚੁਏਸ਼ਨ ਨੂੰ ਉਸ ਨੂੰ ਹਾਲਾਤ ਨੂੰ ਜੋ ਉਹਦੇ ਨਾਲ ਬੀਤਦੀ ਹੈ ਕਿਉਂਕਿ ਜਿਹੜੀ ਕਮਾਈ ਉਹ ਕਰਦਾ ਉਹ ਘਰ ਭੇਜੀ ਜਾਂਦਾ ਅਤੇ ਘਰ ਦੇ ਉਸਨੂੰ ਕੁਲਚੇ ਖਿਲਾਉਂਦੇ ਆ ਅਤੇ ਦੂਜਿਆਂ ਦੇ ਨਾਂ ਪੁੱਤਾਂ ਦੇ ਵੱਡੇ ਦੇ ਕਰਾਤੀ ਅਤੇ ਛੋਟੇ ਕਰਾਤੀ ਔਰ ਅਕਸਰ ਇਹੋ ਜਿਹੇ ਮੇਰੇ ਜਿਹੜੇ ਸੀ 9 ਚੈਪਟਰ ਦੇ 9 ਹੀ ਪਾਤਰ ਅਤੇ ਜਿਨ੍ਹਾਂ ਨਾਲ ਕਿ ਇਹੋ ਜਿਹਾ ਹਾਲਤ ਬੀਤਿਆ ਹੈ ਉਹ ਜਿਹੜਾ ਪੜ੍ਹ ਲੈਂਦਾ ਸੀ ਅੱਖਾਂ 'ਚੋਂ ਹੰਝੂ ਆਉਂਦਾ ਸੀਗਾ ਅਤੇ ਬੜਾ ਇਹ ਦਰਦਨਾਕ ਜਿਹੜੀ ਗੱਲ ਹੈਗੀ ਹੈ ਇਹ ਜਣੀ ਹੱਡੀ ਹੰਢਾਇਆ ਹੋਇਆ ਸੱਚ ਉਹ ਮੈਂ ਅੰਕਿਤ ਕੀਤਾ ਹੈ ਸਾਹਿਬ ਵਿੱਚ ਪਾਪਾ ਜਿਸ ਤਰ੍ਹਾਂ ਕਿ ਸਭ ਦੇ ਲਈ ਸਪੋਰਟਿਵ ਹੈ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਖਾਸ ਥਾਂ ਰੱਖਦੇ ਆ ਉਹਨਾਂ ਦੇ ਦਮ 'ਤੇ ਹੀ ਅੱਜ ਜੋ ਹਾਂ ਅਸੀਂ ਇਸ ਮੁਕਾਮ 'ਤੇ ਖੜ੍ਹੇ ਹਾਂ ਜੋ ਕਿ ਸਾਨੂੰ ਉਹਨਾਂ ਨੇ ਬਹੁਤ ਵਧੀਆ ਐਜੂਕੇਸ਼ਨ ਦਿੱਤੀ ਔਰ ਪੂਰੀ ਮਿਹਨਤ ਔਰ ਲਗਨ ਦੇ ਨਾਲ ਦੁਨੀਆ ਦੇ ਵਿੱਚ ਵਿਚਰਨਾ ਸਿਖਾਇਆ ਸਭ ਦੇ ਨਾਲ ਪ੍ਰੇਮ ਭਾਵ ਦੇ ਨਾਲ ਰਹਿਣਾ ਸਿਖਾਇਆ ਸਾਡੀ ਦਿੱਖ ਤੋਂ ਹੀ ਮਤਲਬ ਕਹਿ ਸਕਦੇ ਹਾਂ ਕਿ ਪਾਪਾ ਦੀ ਸ਼ਖਸੀਅਤ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਹਰ ਇਨਸਾਨ ਨੂੰ ਸਾਡਾ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਵੀ ਅਸੀਂ ਕਿਹਦੇ ਬੱਚੇ ਹਾਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਵੀ ਉਹ ਇਹ ਹੈ ਪਾਪਾ ਸਾਡੇ ਦੇਖਣ ਦੇ ਵਿੱਚ ਹੀ ਜਿਵੇਂ ਹਰ ਦੁਖੀ ਦੇ ਹਰ ਮਜ਼ਲੂਮ ਦੇ ਸਹਾਰਾ ਬਣ ਕੇ ਖੜ੍ਹੇ ਹੈ ਉਸੇ ਤਰ੍ਹਾਂ ਹੀ ਸਾਨੂੰ ਵੀ ਉਵੇਂ ਸਹਾਰਾ ਬਣਨਾ ਸਿਖਾਇਆ ਬਹੁਤ ਸਮਝਦਾਰੀ ਨਾਲ ਸੂਝਬੂਝ ਨਾਲ ਹਰੇਕ ਦੁੱਖ ਦਾ ਤਕਲੀਫ ਦਾ ਮੁਕਾਬਲਾ ਕਰਨਾ ਸਿਖਾਇਆ
ਮੇਰੇ ਪਾਪਾ ਮੇਰੇ ਵਾਸਤੇ ਮਾਣ ਹੈ। ਭਾਵੇਂ ਲਾਲ ਸਿੰਘ ਕਲਸੀ ਨੇ ਆਪਣੀ ਮਾਤ ਭੂਮੀ ਛੱਡ ਕੇ ਜ਼ਿੰਦਗੀ ਦੀ ਗੱਡੀ ਤੋਰਨ ਲਈ ਅਰਬ ਮੁਲਕਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਜ਼ਿੰਦਗੀ ਨੂੰ ਮੋੜਾ ਦਿੱਤਾ, ਪਰ ਸ਼ਾਇਦ ਉਸਦੀ ਜ਼ਿੰਦਗੀ ਉਸਦੇ ਹੋਰ ਇਮਤਿਹਾਨ ਲੈਣਾ ਚਾਹੁੰਦੀ ਸੀ ਕਿ ਜਦ ਉਹ ਵਿਦੇਸ਼ ਤੋਂ ਛੁੱਟੀ ਕੱਟਣ ਭਾਰਤ ਆਇਆ ਹੋਇਆ ਸੀ ਤਾਂ ਪਿੱਛੇ ਰਾਜ ਪਲਟਾ ਹੋ ਗਿਆ ਅਤੇ ਉਹ ਭਾਰਤ ਜੋਗਾ ਰਹਿ ਗਿਆ। ਇਸ ਤੋਂ ਬਾਅਦ ਉਸਨੇ ਸ਼ੂਗਰ ਮਿੱਲ ਫਰੀਦਕੋਟ ਵਿੱਚ ਪਲਾਂਟ ਮੇਨਟੀਨੈਂਸ ਇੰਚਾਰਜ ਦੇ ਤੌਰ 'ਤੇ ਅਹੁਦਾ ਸੰਭਾਲਿਆ ਅਤੇ ਉੱਥੋਂ ਹੀ ਸੰਨ 2004 ਵਿੱਚ ਉਹ ਰਿਟਾਇਰ ਹੋਇਆ ਹੈ। ਇੱਕ ਪਿਓ ਦਾ ਫਰਜ਼ ਹੁੰਦਾ ਕਿ ਆਪਣੀ ਔਲਾਦ ਨੂੰ ਉਹ ਤੁਰਨਾ ਸਿਖਾਵੇ, ਉਸਨੂੰ ਜਿਉਣਾ ਸਿਖਾਵੇ, ਉਸਨੂੰ ਪੜ੍ਹਨਾ ਲਿਖਣਾ ਸਿਖਾਵੇ, ਪਹਿਨਣਾ ਸਿਖਾਵੇ, ਸਮਾਜ ਦੇ ਵਿੱਚ ਕਿੱਦਾਂ ਵਿਚਰੀਦਾ ਉਹ ਸਿਖਾਵੇ, ਇੱਕ ਅੱਛਾ ਇਨਸਾਨ ਬਣਨਾ ਸਿਖਾਵੇ। ਇਹ ਸਾਰੇ ਫਰਜ਼ ਮੇਰੇ ਪਾਪਾ ਨੇ ਨਿਭਾਏ ਆ, ਬਾਖੂਬੀ ਨਿਭਾਏ ਆ। ਸਾਨੂੰ ਜਿਸ ਜਗ੍ਹਾ 'ਤੇ ਲੋੜ ਪੈਂਦੀ ਸੀ ਉਸ ਤਰ੍ਹਾਂ ਨਾਲ ਢਲ ਜਾਂਦੇ ਸੀ। ਜ਼ਮਾਨੇ ਦੇ ਵਿੱਚ ਕਹਿੰਦੇ ਇੱਕ ਵਰਡ ਹੈਗਾ ਜੀ ਇੰਗਲਿਸ਼ ਦਾ, ਜਨਰੇਸ਼ਨ ਗੈਪ। ਉਹ ਇੱਕ 20-30 ਸਾਲ ਦੀ ਜਨਰੇਸ਼ਨ ਦੇ ਵਿੱਚ ਆ ਜਾਂਦਾ, ਪਰ ਮੇਰਾ ਮੇਰੇ ਪਾਪਾ ਨਾਲ ਇਹੋ ਜਿਹਾ ਕਦੇ ਵੀ ਨਹੀਂ ਹੋਇਆ ਕਿ ਅਸੀਂ ਕੋਈ ਚੀਜ਼ ਕਹੀਏ ਅਤੇ ਉਹ ਸਮਝ ਨਾ ਸਕੇ। ਉਹ ਸਮੇਂ ਦੇ ਨਾਲ ਢਲਣਾ, ਉਸ ਦੇ ਅਨੁਸਾਰ ਚੱਲਣਾ, ਦੂਰ ਅੰਦੇਸ਼ੀ ਸੋਚ, ਸਾਰਿਆਂ ਨੂੰ ਹੈਲਪ ਕਰਨੀ, ਆਪਣੇ ਪਰਿਵਾਰ ਦਾ ਮਤਲਬ ਲੋਕਾਂ ਦੇ ਲਈ ਸਿਰਫ ਆਪਣੀ ਬੀਵੀ ਆਪਣੇ ਬੱਚੇ ਤੱਕ ਹੁੰਦਾ। ਸਾਡੇ ਮਾਂ ਪਿਓ ਨੇ ਸਾਨੂੰ ਇਹ ਸਿਖਾਇਆ ਕਿ ਪਰਿਵਾਰ, ਆਪਣੇ ਭਰਾ, ਆਪਣੇ ਤਾਏ ਚਾਚੇ, ਉਹਨਾਂ ਦੇ ਬੱਚੇ, ਇਹ ਸਾਰਿਆਂ ਨੂੰ ਮਿਲਾ ਕੇ ਬਣਦਾ। ਕਿਸੇ ਦੀ ਮਦਦ ਮੰਗਣ 'ਤੇ ਜੇ ਕੋਈ ਮਦਦ ਕਰੇ ਤਾਂ ਇੱਕ ਇਨਸਾਨੀਅਤ ਵਜੋਂ ਜਾਣਿਆ ਜਾਂਦਾ। ਪਰ ਸਾਡੇ ਪਾਪਾ ਨੇ ਸਾਨੂੰ ਇਹ ਸਿਖਾਇਆ ਕਿ ਜਦੋਂ ਕੋਈ ਦੇਖੋ ਕੋਈ ਮਜ਼ਲੂਮ ਹੈ, ਕੋਈ ਕਿਸੇ ਦੀ ਹੈਲਪ ਕਰਨੀ ਚਾਹੋ, ਦਿਲੋਂ ਆਵਾਜ਼ ਆਵੇ ਤਾਂ ਕਰ ਦਿਓ। ਇਸ ਦੇ ਵਿੱਚ ਕੋਈ ਸੋਚਣ ਵਾਲੀ ਜਾਂ ਕੋਈ ਵਿਚਾਰ ਕਰਨ ਵਾਲੀ ਕੋਈ ਗੱਲ ਨਹੀਂ। ਇੱਕ ਅੱਛਾ ਇਨਸਾਨ ਬਣਨਾ ਸਾਨੂੰ ਸਿਖਾਇਆ। ਬਤੌਰ ਪਿਤਾ ਉਹਨਾਂ ਨੇ ਆਪਣਾ ਹਰ ਫਰਜ਼ ਨਿਭਾਇਆ, ਬਤੌਰ ਇੱਕ ਪਰਿਵਾਰਕ ਮੈਂਬਰ ਆਪਣੇ ਭਰਾਵਾਂ ਦਾ, ਆਪਣੀਆਂ ਭੈਣਾਂ ਦਾ, ਉਹਨਾਂ ਦੇ ਅੱਗੇ ਬੱਚਿਆਂ ਦਾ, ਸਾਡਾ, ਹਰ ਕਿਸੇ ਦਾ ਉਹਨਾਂ ਨੇ ਬਾਖੂਬੀ ਧਿਆਨ ਰੱਖਿਆ। ਬਤੌਰ ਇੱਕ ਦੋਸਤ ਉਹਨਾਂ ਨੇ ਸਾਡੀ ਹਰ ਗੱਲ ਨੂੰ ਸੁਣਿਆ, ਸੋਚਿਆ, ਸਮਝਿਆ, ਸਮੇਂ ਦੇ ਅਨੁਸਾਰ ਢਲੇ। ਕਲਸੀ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਕਾਵਿ ਵਿਧਾ ਦੇ ਨਾਲ ਤੁਸੀਂ 6ਵੀਂ 7ਵੀਂ ਤੋਂ ਜੁੜ ਗਏ ਸੀ ਜੀ, ਕਿਉਂਕਿ ਕਵਿਤਾ ਤਾਂ ਮਨੋਭਾਵਾਂ ਨੂੰ ਵਿਅਕਤ ਕਰਨ ਦਾ ਸਭ ਤੋਂ ਸੌਖਾ ਢੰਗ ਹੈ। ਬਿਲਕੁਲ। ਪਰ ਵਾਰਤਕ ਦੇ ਵਿੱਚ ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਤੁਸੀਂ ਵਾਰਤਕ ਸ਼ੁਰੂ ਕੀਤੀ ਹੈ ਉਹਦੇ ਵਿੱਚ ਤੁਹਾਡੀ ਕਿੰਨੀ ਕੁ ਕਲਪਨਾ ਸੀ ਜਾਂ ਉਹਦੇ ਵਿੱਚ ਜਿਹੜਾ ਸਟਾਰਟਿੰਗ 'ਚ ਤੁਹਾਡਾ ਆਇਆ ਨਿਰੋਲ ਕਲਪਨਾ ਸੀਗੀ ਜਾਂ ਤੁਹਾਡੇ ਹੱਡੀ ਹੰਢਾਏ ਜਿਹੜੇ ਦਰਦ ਸੀ ਉਹਨਾਂ ਨੂੰ ਤੁਸੀਂ ਵਿਅਕਤ ਕੀਤਾ, ਇਸ ਬਾਰੇ ਸਾਨੂੰ ਦੱਸੋ ਜੀ। ਘੋਲੀਆ ਜੀ, ਸਹੀ ਮਿਹਨਤ ਦੇ ਵਿੱਚ ਜਿਹੜਾ ਵੀ ਕੋਈ ਜਜ਼ਬਾਤੀ ਆਦਮੀ ਹੈ ਜੀ,
ਉਹ ਜਦੋਂ ਉਹਦੇ ਜਜ਼ਬਾਤਾਂ ਨੂੰ ਉਸਾਰਨ ਵਾਸਤੇ ਕੋਈ ਚੀਜ਼ ਇਹੋ ਜਿਹੀ ਮਿਲਦੀ ਹੈ ਜਾਂ ਉਸਦੇ ਜਜ਼ਬਾਤਾਂ ਨੂੰ ਠੇਸ ਲੱਗਦੀ ਹੈ ਜਾਂ ਉਸਦੇ ਮਨ ਨੂੰ ਕੋਈ ਇਹਦਾ ਤਕਲੀਫ ਮਹਿਸੂਸ ਹੁੰਦੀ ਹੈ ਤਾਂ ਕੁਦਰਤੀ ਕੁਛ ਨਾ ਕੁਛ ਬਾਹਰ ਆਉਂਦਾ ਹੈ। ਬਿਲਕੁਲ ਉਹਦਾ ਰਿਐਕਸ਼ਨ ਹੈ ਜਾਣੀ ਉਹ ਰਿਐਕਸ਼ਨ ਦੇ ਤੌਰ 'ਤੇ ਹੀ ਮੈਂ ਛੋਟੀ ਤੁਹਾਨੂੰ ਇੱਕ ਐਗਜ਼ੈਂਪਲ ਦੇਵਾਂ ਕਿ ਸਰਵਿਸ ਕਰਦੇ ਹਾਂ ਜਦੋਂ ਅਸੀਂ ਸੂਰਜਪੁਰ ਦੀ ਜਿਹੜੀ ਘੱਗਰ ਨਦੀ ਪਾਰ ਕਰਦੇ ਹੁੰਦੇ ਸੀ ਅਤੇ ਉੱਥੇ ਕ੍ਰੈਸ਼ਰ ਲੱਗੇ ਹੁੰਦੇ ਸੀ ਸਟੋਨ ਕ੍ਰੈਸ਼ਰ ਜੀ ਅਤੇ ਸਟੋਨ ਕ੍ਰੈਸ਼ਰ ਦੇ ਉੱਤੇ ਜਿਹੜੇ ਪੱਥਰ ਕੁੱਟ ਵੱਡੇ ਪੱਥਰ ਜਿਹੜੇ ਕੁੱਟਣ ਵਾਸਤੇ ਉਹ ਪਰਿਵਾਰ ਦੇ ਪਰਿਵਾਰ ਬੱਚਿਆਂ ਤੋਂ ਲੈ ਕੇ ਬੁੜੀਆਂ ਤੱਕ ਲੱਗੇ ਹੁੰਦੇ ਸੀ ਅਤੇ ਬੜਾ ਮਨ ਨੂੰ ਪਸੀਜਦਾ ਸੀਗਾ ਵੀ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਵਿਚਾਰੇ ਲੱਗੇ ਰਹਿੰਦੇ ਆ ਅਤੇ ਉੱਥੋਂ ਮੇਰੇ ਜਾਣੀ ਕਲਪਨਾ ਨੇ ਕਲਪਨਾ ਨਾ ਕਹਿ ਕਹਿ ਲਓ ਅਹਿਸਾਸ ਨੇ ਕਰਵਟ ਲੈ ਕੇ ਪੱਥਰ ਕੁੱਟ ਕਵਿਤਾ ਦੀ ਰਚਨਾ ਕੀਤੀ ਜਿਹੜੀ ਕਿ ਜਦੋਂ ਤੁਸੀਂ ਯਕੀਨ ਕਰੋਗੇ ਕਿ ਮੈਂ ਜਦੋਂ ਸ਼ੁਰੂ ਕਰ ਲਈ ਸ਼ੁਰੂ ਕਰਨ ਤੋਂ ਲਾਸਟ ਜਾ ਕੇ ਮੇਰੀ ਪੈੱਨ ਰੁਕਿਆ ਪੂਰੀ ਪੂਰੀ ਕਵਿਤਾ ਨੋ ਚੇਂਜ ਐਟ ਆਲ ਔਰ ਨਵੇਂ ਜ਼ਮਾਨੇ ਭੇਜੀ ਉਹਨੇ ਫਰੰਟ ਪੇਜ 'ਤੇ ਹਾਸ਼ੀਆ ਲਾ ਕੇ ਛਾਪੀ ਸਨ 67 ਦੀ ਗੱਲ ਹੈ ਇਹ ਜੀ ਜੀ। ਉਸ ਤੋਂ ਇਲਾਵਾ ਜਿਹੜੀ ਗੱਲ ਤੁਸੀਂ ਵਾਰਤਕ ਦੀ ਗੱਲ ਕਰਦੇ ਹੋ ਵਾਰਤਕ ਦੇ ਵਿੱਚ ਤਾਂ ਜੇ ਬੰਦੇ ਦਾ ਤੀਖਣ ਅਹਿਸਾਸ ਹੈ ਤਾਂ ਉਹ ਹਰ ਪਹਿਲੂ 'ਤੇ ਹਰ ਕਦਮ 'ਤੇ ਆਪਣੇ ਇੰਸੀਡੈਂਟਸ ਨੋਟ ਹੁੰਦੇ ਨੇ ਅਤੇ ਮਹਿਸੂਸ ਹੁੰਦਾ ਬੰਦਾ ਗੱਲ ਮਹਿਸੂਸ ਕਰਨ ਦੀ ਹੈ ਤਾਂ ਇਹ ਜਿਹੜੀ ਜਨਮ ਲਿਆ ਵਾਰਤਕ ਨੇ ਤਾਂ ਇਹ ਪਿਛੋਕੜੇ ਦੇ ਵਿੱਚ ਉਹੀ ਸੀਗਾ ਜਿਵੇਂ ਰਮਾਇਣ ਦੀ ਗੱਲ ਕਹਿ ਲਓ ਤੁਸੀਂ ਉਸ ਤੋਂ ਬਾਅਦ ਜਿਹੜੀਆਂ ਮੈਂ ਪਹਿਲਾਂ ਦੱਸ ਕੇ ਰਿਹਾ ਕਿੱਸਾ ਕਹਾਣੀਆਂ ਅਤੇ ਉਸ ਦੇ ਵਿੱਚ ਅਤੇ ਇੱਕ ਕਿਵੇਂ ਪੈਦਾ ਹੋਈ ਗੱਲ ਕਿ ਮਿਸਿਜ਼ ਦੀ ਸਹੇਲੀ ਸੀ ਇੱਕ ਜਿਹੜੀ ਕਿ ਇਹਨਾਂ ਦੇ ਪਰਿਵਾਰ 'ਚ ਪੜ੍ਹੀ ਸੀ ਔਰ ਉਸ ਦੇ ਨਾਲ ਇਹ ਘਟਨਾ ਵਾਪਰੀ ਤਾਂ ਉਹ ਇੱਕ ਤਾਂ ਅੰਤਰਜਾਤੀ ਵਿਆਹ ਉਹਨੂੰ ਕਰਾਉਣਾ ਪਿਆ ਦੂਜੇ ਨੰਬਰ 'ਤੇ ਉਹ ਚੰਡੀਗੜ੍ਹ ਜੋ ਅਸੀਂ ਰਹਿਸ਼ ਸੀ ਸਾਡੀ 'ਤੇ ਨੌਕਰੀ ਕਰਦੇ ਹਾਂ ਅਤੇ ਉਹ ਸਾਡੇ ਕੋਲ ਹੋ ਕੇ ਗਈ ਲੜਕੀ ਉਹ ਲੜਕੀ ਇੰਨੀ ਸੈਂਸਿਟਿਵ ਅਤੇ ਇੰਨੀ ਬਹਾਦਰ ਲੜਕੀ ਮੈਂ ਕਹਾਂਗਾ ਉਹਨੇ ਮੈਨੂੰ ਥੋੜ੍ਹੇ ਜਿਹੇ ਲਫਜ਼ਾਂ ਵਿੱਚ ਜੋ ਆਪਣੀ ਜੀਵਨ ਕਹਾਣੀ ਦੱਸੀ ਤਾਂ ਮੇਰਾ ਮਨ ਕਲਪ ਉੱਠਿਆ ਪਰ ਉਸ ਟਾਈਮ 'ਤੇ ਦਿਮਾਗ 'ਚ ਮੇਰੇ ਉਹ ਛਾ ਗਈ ਗੱਲ ਜਿਹੜੀ ਛਾ ਗਈ ਪਰ ਉਹ ਜਿਹੜੀ ਬਾਹਰ ਆਈ ਉਹ ਜੀਤੀ ਨਾਵਲ ਦੇ ਰੂਪ ਦੇ ਵਿੱਚ ਬਾਹਰ ਆਈ ਜਦੋਂ ਕਿ ਮੈਂ ਵਿਦੇਸ਼ਾਂ ਵਿੱਚ ਗਿਆ ਉਹ ਸਾਰੀ ਸਕ੍ਰਿਪਟ ਦਾ ਮੈਂ ਖਰੜਾ ਬਣਾਇਆ ਖਰੜਾ ਬਣਾ ਕੇ ਉਸ ਦੇ ਵਿੱਚ ਪਾਤਰ ਮੈਂ ਆਪਣੇ ਆਪ ਨੂੰ ਹੀ ਲਿਆਇਆ ਆਪਣੇ ਘਰ ਵਾਲੀ ਨੂੰ ਹੀ ਲਿਆਇਆ ਇਹਦੀਆਂ ਸਹੇਲੀਆਂ ਨੂੰ ਹੀ ਲਿਆਇਆ ਜਾਣੀ ਜਿੰਨੇ ਕੁ ਲੋੜੀ ਦੇ ਪਾਤਰ ਸੀ ਅਤੇ ਉਹਦੇ 'ਚ ਇੱਕ ਘਰ ਦਾ ਜਿਹੜਾ ਨੌਕਰ ਹੈ ਉਸਨੂੰ ਮੁੱਖ ਪਾਤਰ ਦੇ ਤੌਰ 'ਤੇ ਉਭਾਰਿਆ ਮੈਂ ਅਤੇ ਉਹ ਜਾਣੀ ਉਹਦੇ ਵਿੱਚ ਕੁਛ ਸ਼ਬਦ ਜਿਹੜੇ ਹੈਗੇ ਜ਼ਰੂਰੀ ਹੈ ਵੀ ਉਹਦੀ ਵਿਧਾ ਜਿਹੜੀ ਉਹਦੀ ਜ਼ਿੰਦਗੀ ਦੇ ਵਿੱਚ ਸੀ ਗੱਲ ਉਹਨੂੰ ਹੀ ਪ੍ਰਤੱਖ ਰੂਪ 'ਤੇ ਉਜਾਗਰ ਕੀਤਾ ਉਸਦੇ ਕਰੈਕਟਰ ਨੂੰ ਬੜਾ ਉਭਾਰਿਆ ਜੀ ਜੀ। ਉਸ ਤੋਂ ਇਲਾਵਾ ਜਿਹੜਾ ਪਾਤਰ ਹੈ ਪਾਤਰ ਦੀ ਨਿਰੋਲ ਜਿਹੜੀ ਹੈ ਉਹਦੀ ਸਪੋਰਟ ਦੇ ਵਿੱਚ ਉਹ ਸਾਰੀ ਮੈਂ ਆਪਣੇ ਤੌਰ 'ਤੇ ਕੀਤੀ ਹੈ ਜਿਵੇਂ ਫਰਜ਼ ਕਰੋ ਮੈਂ ਹੀ ਉਹ ਪਾਤਰ ਹੋਵਾਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਸ ਦੀਆਂ ਡਿਗਰੀਆਂ ਅਤੇ ਤਜਰਬੇ ਨੂੰ ਦੇਖਦੇ ਹੋਏ ਕਈ ਪ੍ਰਾਈਵੇਟ ਟੈਕਨੀਕਲ ਕਾਲਜਾਂ ਨੇ ਲਾਲ ਸਿੰਘ ਕਲਸੀ ਦੀਆਂ ਸਵਾਵਾਂ ਨੂੰ ਮਾਣਿਆ ਹੈ ਅਤੇ ਅੱਜ ਵੀ ਉਹ ਇੱਕ ਟੈਕਨੀਕਲ ਕਾਲਜ ਵਿੱਚ ਉੱਚ ਅਹੁਦੇ 'ਤੇ ਬਿਰਾਜਮਾਨ ਹੋ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਕੀ ਤੈਨੂੰ ਜੀਵੇ ਕੋਈ ਗਿਲਾ ਨਹੀਂ, ਜ਼ਿੰਦਗੀ ਤੈਨੂੰ ਜੀ ਲਿਆ ਕੋਈ ਗਿਲਾ ਨਹੀਂ, ਮਿਲਿਆ ਸਰ ਤਾਮੀ ਪੀ ਲਿਆ ਕੋਈ ਗਿਲਾ ਨਹੀਂ, ਜ਼ਿੰਦਗੀ ਤੈਨੂੰ ਉਂਜ ਤਾਰਾ ਵਿੱਚ ਸਨ ਆਏ ਬਹੁਤ ਮੁਕਾਮ, ਉਂਜ ਤਾਰਾ ਵਿੱਚ ਸਨ ਆਏ ਬਹੁਤ ਮੁਕਾਮ, ਜੇ ਅਸੀਂ ਕੀ ਦਮ ਨਹੀਂ ਲਿਆ ਕੋਈ ਨਹੀਂ ਲਿਆ ਕੋਈ ਗਿਲਾ ਨਹੀਂ, ਸਿਖਰ ਦੁਪਹਿਰ ਜ਼ਿੰਦਗੀ ਦੇ ਮਿਲੇ ਅਨੇਕਾਂ ਕਾਫਲੇ, ਸਿਖਰ ਦੁਪਹਿਰ ਜ਼ਿੰਦਗੀ ਦੇ ਮਿਲੇ ਅਨੇਕਾਂ ਕਾਫਲੇ, ਜੇ ਸਾਨੂੰ ਨਾਲ ਨਹੀਂ ਲਿਆ ਕੋਈ ਗਿਲਾ ਨਹੀਂ, ਮਿਲਿਆ ਜ਼ਰ ਤਾਂ ਪੀ ਲਿਆ ਕੋਈ ਗਿਲਾ ਨਹੀਂ, ਐ ਜ਼ਿੰਦਗੀ ਤੈਨੂੰ ਜੀ ਲਿਆ ਕੋਈ ਗਿਲਾ ਨਹੀਂ, ਚਾਹਿਆ ਸੀ ਲੰਘਣਾ ਹਰ ਮੋੜ ਪਲੂਬ ਜਾ ਕੇ, ਚਾਹਿਆ ਸੀ ਲੰਘਣਾ ਹਰ ਮੋੜ ਪਲੂਬ ਜਾ ਕੇ, ਜੋ ਪਾਠ ਅਸ਼ੁਭ ਕੇ ਸੀ ਲਿਆ ਕੋਈ ਗਿਲਾ ਨਹੀਂ, ਜੋ ਪਾਠ ਅਸ਼ੁਭ ਕੇ ਸੀ ਲਿਆ ਕੋਈ ਗਿਲਾ ਨਹੀਂ, ਲੱਖ ਚਾਹਣ ਤੇ ਵੀ ਨਾ ਮਿਲੀ ਕੜੀ ਮਿਲਾਪ ਦੀ, ਲੱਖ ਚਾਹਣ ਤੇ ਵੀ ਨਾ ਮਿਲੀ ਕੜੀ ਮਿਲਾਪ ਦੀ, ਤੇਰਾ ਬਿਰਹਾ ਹਿਰਦੇ ਸੀ ਲਿਆ ਕੋਈ ਗਿਲਾ ਨਹੀਂ, ਤੇਰਾ ਬਿਰਹਾ ਹਿਰਦੇ ਸੀ ਲਿਆ ਕੋਈ ਗਿਲਾ ਨਹੀਂ, ਖੁਆਰੀ ਤੇਰੀ ਵੇਖ ਅਸਾਂ ਬਾਹਰ ਗਿਜ ਨਹੀਂ, ਖੁਆਰੀ ਤੇਰੀ ਵੇਖ ਅਸਾਂ ਬਾਹਰ ਗਿਜ ਨਹੀਂ, ਗਮ ਵੀ ਮੈਂ ਤਾਂ ਪੀ ਲਿਆ ਕੋਈ ਗਿਲਾ ਨਹੀਂ, ਤੇਰਾ ਗਮ ਵੀ ਮੈਂ ਤਾਂ ਪੀ ਲਿਆ ਕੋਈ ਗਿਲਾ ਨਹੀਂ, ਆਓ ਸਜਦਾ ਕਰੋ ਗਾਫਲੋ
ਫਲੋ ਹੁਸਨਤ ਇਸ਼ਕ ਨੂੰ ਚਨਾ ਥਲਾਂ ਚ ਰੁਲਦਾ ਜੋਰ ਹੈ ਕੋਈ ਗਿਲਾ ਨਹੀਂ ਚਨਾ ਥਲਾਂ ਚ ਜੋ ਰੁਲਦਾ ਹੈ ਕੋਈ ਗਿਲਾ ਨਹੀਂ ਮਿਲਿਆ ਸਹਿਰ ਤਾਂ ਵੀ ਪੀ ਲਿਆ ਕੋਈ ਗਿਲਾ ਨਹੀਂ ਏ ਜ਼ਿੰਦਗੀ ਤੈਨੂੰ ਜੀ ਲਿਆ ਕੋਈ ਗਿਲਾ ਨਹੀਂ ਏ ਜ਼ਿੰਦਗੀ। ਸਿੱਖੀ ਧਰਮ ਦੇ ਮੁੱਢਲੇ ਨੇਮ ਜੋ ਨੇ ਨਿਤਨੇਮ ਹੈਗੇ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ। ਮੇਰੇ ਪਿਤਾ ਜੀ ਨੇ ਹਮੇਸ਼ਾ ਸਾਨੂੰ ਇਹ ਨਿਯਮਾਂ 'ਤੇ ਚੱਲਣ ਦੀ ਆਗਿਆ ਸਿੱਖਿਆ ਦਿੱਤੀ ਹੈ ਅਤੇ ਅਸੀਂ ਉਹਨਾਂ ਦੀ ਸਿੱਖਿਆ ਨੂੰ ਇੱਕ ਆਗਿਆ ਮੰਨ ਕੇ ਹੀ ਚੱਲਦੇ ਰਹੇ। ਸਿੱਖਿਆ ਦੇ ਵਿੱਚ ਉਹਨਾਂ ਨੇ ਸਾਨੂੰ ਕਦੇ ਵੀ ਕਦੇ ਪਿੱਛੇ ਨਹੀਂ ਰਹਿਣ ਦਿੱਤਾ। ਪੂਰੀ ਜੋ ਕੋਸ਼ਿਸ਼ ਨਾਲ ਜੋ ਵੀ ਨਿਪੁੰਨਤਾ ਅਸੀਂ ਹਾਸਿਲ ਕਰ ਸਕੀਏ ਉਹਦੇ ਵਿੱਚ ਸਾਨੂੰ ਅੱਗੇ ਵਧਣ ਦੀ ਹੀ ਹੌਸਲਾ ਅਫਜ਼ਾਈ ਦਿੱਤੀ ਹਮੇਸ਼ਾ। ਉਹਨਾਂ ਨੇ ਆਪਣੀ ਸਾਰੀ ਉਮਰ ਵਿੱਚ ਇੱਕ ਟੈਕਨੀਕਲ ਲਾਈਨ ਦੇ ਵਿੱਚ ਕੰਮ ਕੀਤਾ ਹੈ ਜਿਸ ਜੋ ਕਿ ਇਸ ਟਾਈਮ ਮੈਂ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਅਤੇ ਜੇ ਕੋਸ਼ਿਸ਼ ਕਰਾਂਗਾ ਕਿ ਮੈਂ ਉਹਨਾਂ ਦੇ ਬਰਾਬਰ ਤੱਕ ਪਹੁੰਚ ਸਕਾਂ। ਉਹਨਾਂ ਦੇ ਜਿੰਨੇ ਉਹਨਾਂ ਨੇ ਸਫਲਤਾ ਹਾਸਲ ਕੀਤੀ ਹੈ ਉਨੀ ਸਫਲਤਾ ਘੱਟੋ ਘੱਟ ਮੈਂ ਹਾਸਲ ਕਰ ਸਕਾਂ। ਲਾਲ ਸਿੰਘ ਕਲਸੀ ਨੇ ਹੁਣ ਤੱਕ ਨਾਵਲ ਜੀਤੀ ਵਿੱਚ ਪ੍ਰਦੇਸ਼ਾਂ ਦੇ ਨੀਲੀ ਤੇ ਯਾਦਗਾਰੀ ਗੇਟ ਕਹਾਣੀ ਸੰਗ੍ਰਹਿ ਪੱਤਰਕੁੱਟ ਕਾਵਿ ਸੰਗ੍ਰਹਿ ਅਤੇ ਯਾਦਾਂ ਦੇ ਮਣਕੇ ਮਿੰਨੀ ਕਹਾਣੀ ਸੰਗ੍ਰਹਿ ਜਿਹੀਆਂ ਮੁੱਲਵਾਨ ਕਿਰਤਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਅਤੇ ਲਗਭਗ 3 ਖਰੜੇ ਪੁਸਤਕ ਦਾ ਰੂਪ ਲੈਣ ਲਈ ਤਿਆਰ ਪਏ ਹਨ। ਕਲਸੀ ਸਾਹਿਬ, ਜਿਵੇਂ ਤੁਸੀਂ ਪਹਿਲਾਂ ਇੱਥੇ ਪੰਜੌਰ 'ਚ ਸਰਵਿਸ ਕੀਤੀ ਹੈ, ਫਿਰ ਇਰਾਨ ਚਲੇ ਗਏ ਹੋ, ਆਬੂ ਧਾਬੀ ਚਲੇ ਗਏ ਹੋ, ਉਸ ਤੋਂ ਬਾਅਦ ਫਿਰ ਮਤਲਬ ਅੱਜ ਕੱਲ੍ਹ ਜਿਹੜੀ ਹੈਗੀ ਹੈ ਰਿਟਾਇਰਡ ਜਿਹੜੀ ਲਾਈਫ ਹੈ ਉਹਦਾ ਆਨੰਦ ਮਾਣ ਰਹੇ ਹੋ। ਇਸ ਸਮੇਂ ਦੇ ਦੌਰਾਨ ਸ਼ਾਇਦ ਥੋੜ੍ਹੀ ਸਲੋ ਸੀ ਤੁਹਾਡੀ ਗਤੀ ਲਿਖਣ ਦੀ, ਅਤੇ ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਇਸ ਬਾਰੇ ਸਾਨੂੰ ਦੱਸੋ। ਛੋਟੇ ਵੀਰ, ਗੱਲ ਇਹ ਦੱਸਾਂ ਕਿ ਜਦੋਂ ਬੰਦਾ ਇੱਕ ਲਾਈਨ ਤੋਂ ਦੂਜੀ ਲਾਈਨ 'ਚ ਸ਼ਿਫਟ ਹੁੰਦਾ ਜੀ, ਕੁਦਰਤੀ ਗੱਲ ਹੈ ਵੀ ਇੱਕ ਠਹਿਰਾਅ ਆਉਂਦਾ ਜੀ। ਉਸ ਨੂੰ ਦੁਬਾਰਾ ਲਾਈਨ 'ਤੇ ਲਿਆਉਣ ਵਾਸਤੇ ਆਪਾਂ ਨੂੰ ਟਾਈਮ ਵੀ ਚਾਹੀਦਾ, ਪੈਸਾ ਵੀ ਚਾਹੀਦਾ। ਸੋ ਉਸ ਵੇਲੇ ਜਿਹੜੇ ਆਪਣੇ ਸ਼ੌਕ, ਇਹਨੂੰ ਆਪਾਂ ਸ਼ੌਕ ਕਹਾਂਗੇ ਕਿਉਂਕਿ ਆਮਦਨ ਤਾਂ ਕੁਛ ਨਹੀਂ ਜੀ ਜੀ ਹੈ ਜੀ, ਉਹ ਕਹਿੰਦੇ ਝੁੱਗਾ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ। ਅਤੇ ਮੇਰੇ ਖਰੜੇ ਬਣੇ ਹੋਏ ਵੱਡੇ ਬੇਟੇ ਨੇ ਜੋ ਦੇਖੇ, ਕਹਿੰਦਾ ਪਾਪਾ, ਕਹਿੰਦਾ ਜੀ ਤੁਹਾਡੇ ਖਰੜੇ, ਕਹਿੰਦਾ ਇਹਨੂੰ ਕਿ ਸਿਰੇ ਲਾਓ। ਮੈਂ ਕਿਹਾ ਬੇਟਾ ਮਨੀ ਪ੍ਰੋਬਲਮ, ਕਹਿੰਦਾ ਐਂ ਤੂੰ ਆਕੜੀ ਸੀ ਹੋ ਜੂ, ਕਹਿੰਦਾ ਤੁਸੀਂ ਕਹਿੰਦਾ ਅੱਗੇ ਵਧੋ, ਕਹਿੰਦਾ ਇਹਨੂੰ ਸਿਰੇ ਲਾਓ। ਜਾਣੀ ਉਹ ਮੈਂ ਜੀਤੀ ਕਿਤਾਬ ਛਪਾਉਣ ਤੋਂ ਬਾਅਦ 2-3 ਕਿਤਾਬਾਂ ਫਿਰ ਉਹਦੇ ਹਲਾਸ਼ੇਰੀ ਨਾਲ ਮੈਂ ਕੱਢੀਆਂ। ਅਤੇ ਜਿੱਥੋਂ ਗੱਲ ਲੱਗੀ ਟਾਈਮ ਦੀ,
ਜਦ ਮੈਂ ਬਾਹਰੋਂ ਆਣ ਕੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਕੰਮ ਦੇ ਵਿੱਚ ਮੇਨ ਲੇਬਰ ਪ੍ਰੋਬਲਮ ਜਿਹੜੀ ਅਤੇ ਇੱਕ ਆਧਾਰ ਦੀ ਪ੍ਰੋਬਲਮ ਜਿਹੜੀ ਹੈ ਸਾਰੀ ਉਹ ਹਰੇਕ ਬੰਦੇ ਨੂੰ ਮਾਰ ਕਰਦੀ ਹੈ। ਔਰ ਮੈਨੂੰ ਕੁਦਰਤੀ ਗੱਲ ਇਹ ਹੋਈ ਜਦੋਂ ਮੇਰਾ ਪੜਚੋਲਿਆ ਚੀਫ ਇੰਜੀਨੀਅਰ ਨੇ ਸ਼ੂਗਰ ਮਿਲ ਸ਼ੁਰੂ ਹੋ ਰਹੀ ਸੀ, ਉਹ ਬੰਦੇ ਨੇ ਪੜਚੋਲਿਆ ਕਹਿੰਦਾ ਵੀ ਤੈਨੂੰ ਇੱਥੇ ਨਹੀਂ ਬਹਿਣ ਦੇਣਾ, ਤੈਨੂੰ ਕਹਿੰਦਾ ਤੇਰੀ ਸੀਟ ਇੱਥੇ ਹੈ ਕਿ ਸਾਡੇ ਮਿਲ ਜਾਓ। ਚਲੋ ਮੇਰੇ 'ਚ ਇੰਟਰੋਡਕਸ਼ਨ ਦੇ ਤੌਰ 'ਤੇ ਮੈਂ ਗਿਆ ਤਾਂ ਉਹ ਸਾਰਿਆਂ ਨੇ ਜਫਾ ਪਾ ਲਿਆ, ਕਹਿੰਦੇ ਨਹੀਂ ਜਾਣ ਨਹੀਂ ਦੇਣਾ। ਫਿਰ ਉਸ ਟਾਈਮ 'ਤੇ ਕਿਉਂਕਿ ਮਿਲ ਬਣ ਰਹੀ ਸੀ, ਲੱਗ ਰਹੀ ਸੀ, 3-4 ਸਾਲ ਅਸੀਂ ਪੂਰੀ ਸਟਰਗਲ ਕੀਤੀ। ਜਦੋਂ ਮਿਲ ਚੱਲ ਕੇ ਅਤੇ ਰੂਟੀਨ ਸਾਰਾ ਕੁਝ ਸਾਡਾ ਬਿਲਕੁਲ ਹੋ ਗਿਆ, ਸੂਤਰ ਵੱਧ ਗਿਆ, ਉਸ ਤੋਂ ਬਾਅਦ ਫਿਰ ਮੈਨੂੰ ਥੋੜ੍ਹੀ ਫੁਰਸਤ ਮਿਲਿਆ, ਕਦੀ ਮੈਂ ਦਫ਼ਤਰ ਬੈਠਿਆਂ ਵੀ ਕੋਈ ਰਚਨਾ ਕਰ ਲੈਣੀ, ਫਿਰ ਜਾਂ ਆਣ ਕੇ ਵੀ ਕਰ ਲੈਣੀ, ਫਿਰ ਔਫ ਸੀਜ਼ਨ ਦੇ ਵਿੱਚ ਥੋੜ੍ਹਾ ਜਿਹਾ ਹੋਰ ਟਾਈਮ ਹੁੰਦਾ ਹੈਗਾ, ਸੀਜ਼ਨ ਦੇ ਵਿੱਚ ਵੀ ਜਿਹੜੀ ਇਸ ਤਰ੍ਹਾਂ ਕੁਛ ਰਚਨਾਵਾਂ ਕੋਈ ਖਰੜੇ ਮੇਰੇ ਉਦੋਂ ਤਿਆਰ ਹੋਏ ਅਤੇ ਉਦੋਂ ਦੇ ਹੀ ਕੁਛ ਖਰੜੇ ਜਿਹੜੇ ਹੈਗੇ ਆ ਹੌਲੀ 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 ਕਰਦੇ ਅਜੇ ਤੱਕ ਮੇਰੇ ਕੋਲ ਪੈਂਡਿੰਗ ਪਏ ਨੇ। ਅਤੇ ਇੱਕ ਗੱਲ ਹੋਰ ਦੱਸਾਂ ਮੈਂ, ਕਿਉਂਕਿ ਮੈਂ ਵਿਸ਼ਕਰਮਾ ਰਾਮਗੜੀਆ ਬਰਾਦਰੀ ਨਾਲ ਜੁੜਿਆ ਹੋਣ ਕਰਕੇ ਅਤੇ ਮੇ ਜਿਹੜੇ ਆਪਣਾ ਜਲੰਧਰ ਤੋਂ ਰਾਮਗੜੀਆ ਦਰਪਣ ਅਤੇ ਰਾਮਗੜੀਆ ਮੰਚ ਉਹ ਹਫ਼ਤਾਵਾਰੀ ਨਿਕਲਦਾ ਅਤੇ ਰਾਮਗੜੀਆ ਪਾਰਲੀਮੈਂਟ ਦਿੱਲੀ ਤੋਂ ਨਿਕਲਦਾ, ਉਹ ਦੋਨਾਂ ਦੇ ਵਿੱਚ ਮੇਰਾ ਕੁਛ ਨਾ ਕੁਛ ਹਫ਼ਤਾ ਰਹਿੰਦਾ। ਔਰ ਮੈਨੂੰ ਮੰਗ ਕਰਦੇ ਰਹਿੰਦੇ ਜੋ ਮਹੀਨਾ ਦੋ ਮਹੀਨੇ ਨਾ ਭੇਜਾਂ ਤਾਂ ਉਹ ਕਹਿੰਦੇ ਵੀ ਕੀ ਗੱਲ ਚੁੱਪ ਕਿਉਂ ਹੋ ਗਿਆ। ਅਤੇ ਜਾਣੀ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਮੈਂ ਆਪਦੀ ਕਲਮ ਨੂੰ ਸਲਾਮ ਕਰਦਾ ਵੀ ਜੇ ਇੰਨਾ ਦਮ ਹੈ ਕਿ ਲੋਕ ਮੈਨੂੰ ਯਾਦ ਕਰਦੇ ਕੋਈ ਨਾ ਕੋਈ ਲਿਖਣ ਵਾਸਤੇ, ਕਹਿੰਦੇ ਵੀ ਪ੍ਰੇਰਨਾ, ਤੁਹਾਡੀ ਪ੍ਰੇਰਨਾ ਬੜੀ ਮਿਲਦੀ ਹੈਗੀ ਹੈ। ਤਾਂ ਉਸ ਦੇ ਵਿੱਚ ਮੈਂ ਚਾਹੁੰਦਾ ਸੀ ਵੀ ਸਾਰਿਆਂ ਨੂੰ ਜਿਹੜਾ ਸੰਗ੍ਰਹਿ ਨੂੰ ਇਕੱਠਾ ਕਰਕੇ ਲੇਖਾਂ ਹੀ ਲੜੀ ਕਿਤਾਬ ਦਾ ਰੂਪ ਦੇ ਦਿੱਤਾ ਜਾਵੇ, ਪਰ ਮਾਰਲੇ ਅਮਲੀਆਂ ਨੂੰ ਤੇੜ ਦੇ ਲੰਘ ਨੇ, ਜਾਣੀ ਪੈਸਿਆਂ ਦਾ ਆਪਣਾ ਉਹ ਜੇਬ ਦਾ ਮੂੰਹ ਮਾਰਾ ਹਮੇਸ਼ਾ ਮੇਰਾ ਮੂੰਹ ਹੀ ਵਹਿੰਦੀ ਹੈ ਵੀ ਮੈਨੂੰ ਕੀ ਪੁੱਛਦਾ ਹੈ ਜੀ। ਸੋ ਇਸ ਕਰਕੇ ਅਜੇ ਵੀ ਖਰੜੇ ਤਿਆਰ ਨੇ ਅਤੇ ਚਲੋ ਪਰਮਾਤਮਾ ਰਹਿਮਤ ਹੋਈ ਤਾਂ ਇਸ ਤਰ੍ਹਾਂ ਕੋਈ ਦਿਨ ਆਏਗਾ ਜਿਹੜਾ ਹੌਲੀ ਹੌਲੀ ਆਪਾਂ ਕੇਸਰੀ ਪਹੁੰਚ ਜਾਵਾਂਗੇ। ਆਸ ਕਰਦੇ ਹਾਂ ਕਿ ਇਹ ਦਿਨ ਜਲਦੀ ਆਵੇ। ਧੰਨਵਾਦ। ਸ਼ਾਲਾ ਲਾਲ ਸਿੰਘ ਕਲਸੀ ਆਪਣੇ ਤਜ਼ਰਬਿਆਂ ਅਤੇ ਆਪਣੇ ਅਨੁਭਵਾਂ ਵਿੱਚੋਂ ਸਾਨੂੰ ਇਸੇ ਤਰ੍ਹਾਂ ਹੀ ਮੁੱਲਵਾਨ ਕਿਰਤਾ ਦਿੰਦਾ ਰਹੇ ਅਤੇ ਉਸਦੇ ਅਣਛਪੇ ਪਏ ਖਰੜੇ ਜਲਦੀ ਹੀ ਪੁਸਤਕਾਂ ਦਾ ਰੂਪ ਧਾਰਨ ਕਰਕੇ ਪਾਠਕਾਂ ਤੱਕ ਪਹੁੰਚਣ, ਅਸੀਂ ਉਸ ਦੀ ਲੰਬੀ ਉਮਰ ਲਈ ਹਮੇਸ਼ਾ ਦੁਆਵਾਂ ਮੰਗਦੇ ਹਾਂ।